2022 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਖੂਬ ਗਰਮਾਈ ਹੋਈ ਹੈ ਅਤੇ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਵੀ ਤੇਜ਼ ਕੀਤਾ ਜਾ ਰਿਹਾ ਅਤੇ ਵੱਡੇ ਵੱਡੇ ਵਾਅਦੇ ਲੋਕਾਂ ਦੇ ਨਾਲ ਕੀਤੇ ਜਾ ਰਹੇ ਨੇ ਜਿਸ ਦੇ ਤਹਿਤ ਬਠਿੰਡਾ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਵੱਲੋਂ ਵਾਅਦਾ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਕਬੱਡੀ ਦੇ 3 ਟੂਰਨਾਮੈਂਟ ਕਰਵਾਏ ਜਾਣਗੇ ਅਤੇ ਪਹਿਲਾਂ ਪੰਜਾਬ ਕਬੱਡੀ ਟੂਰਨਾਮੈਂਟ ਹੋਵੇਗਾ ਜਿਸ ਦੇ ਵਿੱਚ 1 ਕਰੋੜ ਰੁਪਏ ਦਾ ਇਨਾਮ ਹੋਵੇਗਾ। ਇਸ ਦੇ ਨਾਲ ਹੀ ਵਿਰੋਧੀ ਪਾਰਟੀਆਂ ਤੇ ਤਾਂ ਚੁੱਕਾ ਸੀ, ਉਹਨਾਂ ਨੇ ਕਿਹਾ ਕਿ ਜੋ ਹਾਲ ਹੀ ਦੇ ਵਿੱਚ ਮਾਨਯੋਗ ਹਾਈ ਕੋਰਟ ਦੇ ਵੱਲੋਂ ਬਾਦਲ ਪਰਿਵਾਰ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਗਿਆ ਉਸ ਤੇ ਸਵਾਲ ਪੁੱਛਿਆ ਗਿਆ ਤਾਂ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਟਰਾਂਸਪੋਰਟ ਮੰਤਰੀ ਦੇ ਵੱਲੋਂ ਧੱਕੇਸ਼ਾਹੀ ਕਰਕੇ ਉਹਨਾਂ ਦੀਆਂ ਬੱਸਾਂ ਦੇ ਪਰਮਿਟ ਰੱਦ ਕੀਤੇ ਗਏ ਸੀ ਜਿਸ ਦੇ ਬਾਅਦ ਮਾਨਯੋਗ ਹਾਈ ਕੋਰਟ ਦੇ ਵੱਲੋਂ ਅੱਜ ਫੈਸਲਾ ਸੁਣਾਇਆ ਗਿਆ ਅਤੇ ਉਹਨਾਂ ਦੇ ਜਿਹੜੇ ਪਰਮਿਟ ਸੀ ਉਹ ਬਹਾਲ ਕਰ ਦਿੱਤੇ ਗਏ ਨੇ ਅਤੇ ਨਾਲ ਹੀ ਉਹਨਾਂ ਕਿਹਾ ਕਿ ਟਰਾਂਸਪੋਰਟ ਮੰਤਰੀ ਦੀ ਸੱਚਾਈ ਵੀ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਤਾਂਚ ਕੱਸਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਜੋ ਲੋਕ ਕਾਂਗਰਸ ਆਪਣੀ ਪਾਰਟੀ ਦੇ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਆਪਣਾ ਨਵਾਂ ਸ਼ੋਅਰੂਮ ਖੋਲ੍ਹਿਆ ਗਿਆ। ਇਸ ਦੇ ਨਾਲ ਹੀ ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਵੀ ਤਿੱਖੇ ਸ਼ਬਦੀ ਵਾਰ ਕੀਤੇ। ਹੁਣ ਉਹਨੂੰ ਪਤਾ ਲੱਗਣਾ ਚਾਹੀਦਾ ਸੀ ਧੱਕਾ ਕੀ ਹੁੰਦਾ, ਧੱਕਾ ਕਰਨ ਦੀ ਕੋਸ਼ਿਸ਼ ਕੀਤੀ, ਹਾਈ ਕੋਰਟ ਨੇ ਉਹਨੂੰ ਕਹਿਤਾ ਕਿ ਜੋ ਕਿਹਾ ਸੀ ਜੋ ਕੀਤਾ ਉਸਨੇ ਗਲਤ ਕੀਤਾ ਸੀ। ਆ ਕਲੀਅਰ ਸਟੈਂਡ ਹੈ ਕਿ ਅਸੀਂ ਸਹੀ ਸੀ ਅਤੇ ਉਹ ਗਲਤ ਹੈ। ਸਰ, ਨਸ਼ਿਆਂ ਦਾ ਕਾਰੋਬਾਰ ਦਿਨ ਬਾ ਦਿਨ ਵੱਧ ਰਿਹਾ ਜੀ। ਕੱਲ੍ਹ ਐਸ ਐਚ ਓ ਰਵਿੰਦਰ ਭੀਟੀ ਜਿਹੜਾ ਮਾਨਪ੍ਰੀਤ ਦੇ ਬੜੇ ਨੇੜ ਹੈ ਉਹਨਾਂ ਦਾ ਇੱਕ ਖੁਲਾਸਾ ਕੀਤਾ ਕੱਲ੍ਹ ਸਰੂਪ ਸਿੰਗਲਾ ਜੀ ਨੇ, ਅੱਜ ਆਪ ਨੇ ਵੀ ਉਹਨਾਂ ਦੀ ਹਮਾਇਤ ਕੀਤੀ ਹੈ ਵੀ ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਸੀ। ਜਿਹੜਾ ਉਹ ਭੀਟੀ ਹੈ ਉਹ ਮਤਲਬ ਥੋੜ੍ਹੇ ਦਿਨਾਂ ਦਾ ਮਹਿਮਾਨ ਹੈ, ਕਿਉਂਕਿ ਜਿੰਨੇ ਉਹਨੇ ਘਪਲੇ ਕੀਤੇ ਹੈ, ਜਿੰਨੇ ਉਹਨੇ ਲੁੱਟ ਮਚਾਈ ਹੈ, ਜਿੱਡਾ ਵੱਡਾ ਮਾਫੀਆ ਉਹ ਹੈ, ਉਹ ਪੁਲਿਸ 'ਚ ਉਹ ਕਲੰਕ ਹੈ, ਪੁਲਿਸ ਦੇ ਵਿੱਚ ਪੰਜਾਬ ਪੁਲਿਸ ਦਾ ਕਲੰਕ ਹੈ ਅਤੇ ਇਹ ਜਿਹੇ ਲੋਕ ਪੰਜਾਬ ਪੁਲਿਸ 'ਚ ਰਹਿ ਨਹੀਂ ਸਕਦੇ। ਸਭ ਤੋਂ ਪਹਿਲੇ ਮਾਹੌਲ ਠੀਕ ਹੋਣਾ ਚਾਹੀਦਾ, ਸਭ ਤੋਂ ਪਹਿਲੇ ਉਹਨਾਂ ਨੂੰ ਨਸ਼ੇ ਬੰਦ ਕਰਨੇ ਚਾਹੀਦੇ ਭੇਜਣੇ, ਉਹਨਾਂ ਨੂੰ ਆਤੰਕਵਾਦ ਖਤਮ ਕਰਨਾ ਚਾਹੀਦਾ, ਟੈਰਰਿਜ਼ਮ ਖਤਮ ਕਰਨਾ ਚਾਹੀਦਾ। ਸੋ ਆਹ ਜਿਹੜਾ ਹੈਗਾ ਜਿਹੜੀਆਂ ਚੀਜ਼ਾਂ ਉਹ ਗਵਰਨਮੈਂਟ ਆਫ ਇੰਡੀਆ ਦੇਖੇ ਕਿ ਪਹਿਲੇ ਉਹ ਪਹਿਲੇ ਤਾਂ ਮਾਹੌਲ ਪੈਦਾ ਹੋ, ਐਂ ਥੋੜ੍ਹੀ ਹੈ ਕਿ ਤੁਸੀਂ ਨਾਲੇ ਸਾਡੇ ਬੱਚੇ ਮਾਰੀ ਚੱਲੋ, ਨਾਲੇ ਸਾਡੇ ਨਸ਼ਾ ਭੇਜੀ ਚੱਲੋ, ਅਤੇ ਜਿਹੜਾ ਟ੍ਰੇਡ ਦਾ ਫਾਇਦਾ ਉਹਨਾਂ ਨੂੰ ਜ਼ਿਆਦਾ ਆਪਣੇ ਨਾਲੋਂ। ਚਲੋ ਸ਼ੋਰੂਮ ਖੋਲ੍ਹਿਆ ਉਹਨਾਂ ਨੇ, ਹੁਣ ਵੇਟ ਕਰ ਰਹੇ। ਸੁਖਬੀਰ ਜੀ, ਇੱਕ ਮਨਜਿੰਦਰ ਸਿਰਸਾ ਜੀ ਨੇ ਜਿਵੇਂ ਤੁਸੀਂ ਕਿਹਾ ਸੀ ਕਿ ਆਮ ਟਵਿਸਟਿੰਗ ਹੋਈ ਹੈ, ਉਹ ਕਰੇ ਆਮ ਟਵਿਸਟਿੰਗ ਨਹੀਂ ਹੋਈ, ਆਈ ਐਮ ਗੋਟ ਦੇਅਰ ਫਾਰ ਦਾ ਸਿੱਖ ਇਸ਼ੂਜ਼ ਵਿੱਚ ਐਸਡੀ ਹੈਜ਼ ਫੇਲਡ ਟੂ। ਹਰ ਬੰਦਾ ਹਰ ਬੰਦਾ ਆਈ ਕਹਿੰਦਾ ਹੁੰਦਾ ਹੈ ਅਤੇ ਸਿੱਖ ਇਸ਼ੂਜ਼ ਇੰਨੇ ਸਾਲ ਤਾਂ ਸਿੱਖ ਇਸ਼ੂਜ਼ ਅਕਾਲੀ ਦਲ ਹੀ ਕਰਾਉਂਦਾ ਸੀ, ਉਦੋਂ ਇਕੱਲਾ ਨਹੀਂ ਸੀ ਉਹ ਜੇ ਜਾਂਦਾ ਸੀ, ਉਹ ਅਕਾਲੀ ਦਲ ਭੇਜਦਾ ਸੀ, ਮੈਂ ਹੀ ਭੇਜਦਾ ਹੁੰਦਾ, ਇੰਡੀਵਿਜੁਅਲ ਬੰਦੇ ਦੇ ਦਬਾਅ 'ਤੇ ਨਹੀਂ ਹੈ ਹੁੰਦੇ, ਅਕਾਲੀ ਦਲ ਦੇ ਦਬਾਅ 'ਤੇ। ਸ਼੍ਰੋਮਣੀ ਅਕਾਲੀ ਦਲ ਨੂੰ ਸਿੱਖ ਪੰਥ ਨੂੰ ਸ਼੍ਰੋਮਣੀ ਅਕਾਲੀ ਦਲ ਰਿਪ੍ਰੈਜੈਂਟ ਕਰਦਾ, ਇੰਡੀਵਿਜੁਅਲ ਪੰਥ ਤੋਂ ਵੱਡਾ ਨਹੀਂ ਹੈ, ਪਾਰਟੀ ਤੋਂ ਵੱਡਾ ਨਹੀਂ ਹੈ। ਉਹਨੂੰ ਆਪਣੇ ਆਪ ਪਤਾ ਲੱਗ ਜੂਗੀ ਹੋਂਦ ਕੀ ਹੈ। ਜੋ ਰਿਸਪੈਕਟ ਐਜ਼ ਅ ਡੀ ਜੀ ਪੀ ਸੀ ਪ੍ਰੈਜੀਡੈਂਟ ਸੀ ਕਮਿਊਨਿਟੀ 'ਚ, ਜੋ ਰਿਸਪੈਕਟ ਐਜ਼ ਅਕਾਲੀ ਦਲ ਪ੍ਰੈਜੀਡੈਂਟ ਸੀ, ਇੰਡੀਵਿਜੁਅਲ ਨਹੀਂ ਹੈ। ਜੇ ਬੀ ਜੇ ਪੀ ਜਾਣ ਤਾਂ ਬਿਲਕੁਲ ਨਹੀਂ ਹੈ। ਮੈਂ ਅਰਵਿੰਦ ਕੇਜਰੀਵਾਲ ਨੂੰ ਆਈ ਕਹਿੰਦਾ ਜੋ ਐਲਾਨ ਕਰਨਾ ਪੰਜਾਬ 'ਚ ਪਹਿਲੇ ਦਿੱਲੀ ਕਰਕੇ ਆਏ, ਦਿੱਲੀ ਵਾਸਤੇ ਇਸ਼ੂ ਹੁੰਦਾ ਕੁਆਲੀਫਿਕੇਸ਼ਨ ਦਾ ਮੈਨੂੰ ਲੱਗਦਾ, ਨਹੀਂ ਤਾਂ ਅਸੀਂ ਉਹ ਅਸੀਂ ਡੀ ਐਸ ਪੀ ਦੀ ਵੀ ਦਿੱਤੀਆਂ, ਇੰਸਪੈਕਟਰ ਦੀ ਵੀ ਦਿੱਤੀਆਂ, ਡਾਇਰੈਕਟ ਦਿੱਤੀਆਂ, ਕਿਉਂਕਿ ਹਾਈ ਕੋਰਟ ਦੀ ਇੱਕ ਰੂਲਿੰਗ ਹੈ ਕਿ ਜਿਵੇਂ ਇੱਕ ਫੋਰ ਐਗਜ਼ਾਮਪਲ ਜੇ 8ਵੀਂ ਪੜ੍ਹਿਆ ਉਹ ਡੀ ਐਸ ਪੀ ਨਹੀਂ ਰੱਖ ਸਕਦਾ। ਸੁਦਾ ਦੇ ਕਿ ਬਠਿੰਡਾ ਪਹੁੰਚ ਕੇ ਸੁਖਬੀਰ ਸਿੰਘ ਬਾਦਲ ਨੇ ਖੇਡ ਜਗਤ ਨੂੰ ਉਤਸ਼ਾਹਿਤ ਕੀਤਾ ਅਤੇ ਉਹਨਾਂ ਨੇ ਐਲਾਨ ਵੀ ਕਰ ਦਿੱਤਾ ਕਿ ਕਬੱਡੀ ਦੇ 3 ਟੂਰਨਾਮੈਂਟ ਕਰਵਾਏ ਜਾਣਗੇ ਅਤੇ ਪਹਿਲਾ ਪੰਜਾਬ ਕਬੱਡੀ ਟੂਰਨਾਮੈਂਟ ਦੇ ਵਿੱਚ 1 ਕਰੋੜ ਰੁਪਏ ਦਾ ਇਨਾਮ ਹੋਵੇਗਾ, ਦੂਸਰਾ ਕਬੱਡੀ ਲੀਗ ਤਿਆਰ ਕੀਤਾ ਜਾ ਰਿਹਾ, ਤੀਸਰਾ ਵਰਲਡ ਕਬੱਡੀ ਟੂਰਨਾਮੈਂਟ ਵੀ ਅਕਾਲੀ ਦਲ ਦੀ ਸਰਕਾਰ ਬਣ ਤੇ ਕਰਵਾਇਆ ਜਾਵੇਗਾ ਅਤੇ 25 ਲੱਖ ਰੁਪਏ ਕਬੱਡੀ ਖਿਲਾੜੀ ਦਾ ਸਿਹਤ ਬੀਮਾ ਹੋਵੇਗਾ ਤਾਂ ਕਿ ਕੋਈ ਵੀ ਖਿਲਾੜੀ ਖੇਡਦੇ ਸਮੇਂ ਜੇਕਰ ਜ਼ਖਮੀ ਹੋ ਜਾਂਦਾ ਤਾਂ ਉਸਦਾ ਇਲਾਜ ਪੂਰਨ ਤੌਰ 'ਤੇ
ਹੋ ਸਕੇ ਅਤੇ ਇਹ ਕੈਟਾਗਰੀ ਦੇ ਕਬੱਡੀ ਰਿਟਾਇਰ ਪਲੇਅਰਸ ਪੰਜਾਬ ਦੇ ਵਿੱਚ ਸਰਕਾਰੀ ਕੋਚ ਹੋਣਗੇ ਆਰਗੇਨਾਈਜ਼ ਸੈਕਟਰ ਬਣਾਇਆ ਜਾਵੇਗਾ ਤਾਂ ਕਿ ਖਿਡਾਰੀਆਂ ਨੂੰ ਹਰ ਸੁਵਿਧਾ ਮਿਲੇ ਬਠਿੰਡਾ ਤੋਂ ਪਰਮਿੰਦਰ ਸਿੰਘ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ